गुरदासपुर के पिंड जोड़ा छत्रा के सूए में पानी ना आने करके किसानों की 70 किले जमीन की फसल का नुकसान हो रहा है। जानकारी दिंदिया पिंड वासियों ने कहा कि नहरी विभाग वालों पिछले करीब 10 साल पहला सूए को पक्का कर दिया गया सी, जिस तो बाद सूए में पानी आना बंद हो गया। उन्होंने कहा कि जो इस संबंध में विभाग के अधिकारियों गलबात की गई तो विभाग के अधिकारियों ने उन्होंने सिर्फ लारे लप्पे लगाए। पिंड वासियों ने कहा कि पानी ना आने करके उन्होंने फसल खराब हो रही हैं, उन्होंने लखां दा नुकसान हो रहा है। उन्होंने कहा कि विभाग नूं जगह देण दा कोई फायदा नहीं होया। उन्होंने कहा कि जेकर नहरी विभाग वालों उन्होंने पानी नहीं देना तां उन्हां दी जगह ही वापस कर देण अते उन्होंने मोटर दे नवे कनैक्शन लगाउण दी भी मंजूरी दित्ती जावे। मेरा नाम हिम्मत सिंह, पिंड जोड़ा छत्रा। समस्या नहर च पानी नहीं आवन रहा, जूं नहर पक्की हुई है उदों साल दो पानी आया, बाद च पानी नहीं आया, इहो समस्या रही है नहर दी। कदी कदे बह गई, कदे कदों बह गई। इहनां नूं अजे आखणा मैं गल सुणा पानी दे, मैनूं देहड़ो मैं आप झूना लाना वा, पर नहीं ना पानी दिता। जे एस डी ओ साहब न आख्या मैं फोन करके, तो एस डी ओ साहब तेरे हिम सिंह आ जाता पानी। कौन बोलता? मैं हिम सिंह बोलना जोड़े सत्तरा तो। जे जई न फोन लाया, जई ने भी गल मेरी हुई है, मेहर ना मेरी गल हुई, सारे नंबर मेरे को भेजते हैं। इन्होंने अज देने कल देने, साढ़े तो हूँ हार के कमार छुप चले ने। जे झूने लाए ने अं बंबी तो लाए ने, तो जे हूँ जे कुमार पानी लाइए तो झूने लाइए, अं किधर जाइए? ये समस्या आदि 10 साल हो चले ने जी, ਇਹ 10 ਸਾਲਾਂ ਤੋਂ ਵਾਧੀ ਹੋ ਗਈ ਸਮੱਸਿਆ। ਇਹਨਾਂ ਕਿਸੇ ਨੇ ਕਾਰਵਾਈ ਨਹੀਂ ਕੀਤੀ। ਅਸੀਂ ਮੰਗ ਕਰਦੇ ਸਾਡੇ ਸਾਡੇ ਤੇ ਪਾਣੀ ਪਹੁੰਚਾਉਣ, ਸਾਡੀ ਫਸਲਾਂ ਨਾ ਸੁੱਕਣ, ਸਾਡੇ ਜਿਹੜਾ ਵਾ ਪਾਣੀ ਇਹ ਸਾਡੇ ਸਾਨੂੰ ਜਿਹੜਾ ਸਾਡਾ ਵਾ ਸਾਡੇ ਨਹਿਰ ਦਾ ਪਾਣੀ ਸਾਨੂੰ ਤਾਂ ਦੇਣ, ਅਸੀਂ ਆਪਣੀ ਫਸਲਾਂ ਨੂੰ ਲਾਈਏ, ਸਾਡੀ ਫਸਲਾਂ ਤਾਂ ਵਜਣ। ਮੇਰਾ ਨਾਮ ਸ਼ੁਭਦੀਪ ਸਿੰਘ ਆ, ਪਿੰਡ ਸਾਡਾ ਜੋੜਾ ਛਤਰਾ ਵਾ। ਹਾਂਜੀ, ਸਮੱਸਿਆ ਹੈ ਕਿ ਭਾਅ ਜੀ ਸਾਨੂੰ ਜਦੋਂ ਤੱਕ ਸਾਡੇ ਬਜ਼ੁਰਗ ਦੱਸਦੇ ਪਏ ਨੇ ਕਿ ਅਸੀਂ ਤਾਂ ਚਲੋ ਛੋਟੇ ਹੁੰਦੇ ਆ ਤੱਕ ਨਹੀਂ ਨਹਿਰ ਕੱਚੀ ਦੇਖੀ, ਜਿਉਂ ਦੇ ਕੱਚੀ ਕਹਿੰਦੇ ਨਹਿਰ ਆਉਂਦੀ ਰਹੀ ਉਦੋਂ ਤੱਕ ਨਹਿਰ ਆਈ ਆ, ਜਿਉਂ ਦੇ ਅਸੀਂ ਆਪਣੀ ਹੋਸ਼ ਸੰਭਾਲੀ ਆ, ਅੱਜ ਸਾਡੀ ਹੋਸ਼ ਤੱਕ ਅੱਜ ਤੱਕ ਕਦੀ ਨਹਿਰ 'ਚ ਹੀ ਪਾਣੀ ਨਹੀਂ ਦੇਖਿਆ। ਜੇ ਆਪ ਪਿੱਛੇ ਵੀ ਪਹਿਲਾਂ ਕਹਿੰਦੇ ਜਿੱਥੋਂ ਨਹਿਰ ਆਉਂਦੀ ਆ ਉਦੋਂ ਵੀ ਪਾਣੀ ਰੁੜ ਜਾਂਦਾ ਰਿਹਾ ਵਾ, ਉਦੋਂ ਸਿਰਫ ਸਾਨੂੰ ਆਪ ਮੇਰੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਸਾਡੇ ਜ਼ਿਮੀਦਾਰਾਂ ਬੰਦੇ ਨੂੰ ਨਾਲ ਲੈ ਕੇ ਦੁਪਹਿਰ ਕਪਾਉਂਦੇ ਆ ਕਿ ਬੋਰੀਆਂ ਰੱਖੋ, ਅੱਜ ਵੀ ਪਹਿਲਾਂ ਜਦੋਂ ਵੀ ਕਿਤੇ ਪਾਣੀ ਰੁੜਦਾ ਅਸੀਂ ਆਪ ਨਾਲ ਹੋ ਕੇ ਸਹਿਯੋਗ ਦਿੰਦੇ ਹਾਂ। ਹੁਣ ਸਾਡੀ ਫਸਲਾਂ ਦੇ ਬੰਨੇ ਸਾਰੇ ਨਹਿਰ ਦੇ ਉੱਪਰ ਰੁੱਖ ਲੱਗੇ ਹੋਏ ਨੇ, ਹੁਣ ਸਾਡਾ ਉੱਧਰ ਵੀ ਨੁਕਸਾਨ ਹੋਣ ਡਿਆ ਨਾ, ਸਾਨੂੰ ਜਾਂ ਤੁਹਾਨੂੰ ਪਾਣੀ ਆਏ ਤੁਹਾਨੂੰ ਰੁੱਖਾਂ ਦਾ ਦੁੱਖ ਨਾ ਹੋਵੇ, ਹੁਣ ਰੁੱਖਾਂ ਕਰਕੇ ਸਾਡੇ ਕਿੰਨਾ ਕਿੰਨਾ ਘੱਟ ਤੋਂ ਘੱਟ 5-5-6-6 ਕਿੱਲੇ ਸਾਡਾ ਰੋਜ਼ ਜਿਹੜਾ ਵਾ ਫਸਲਾਂ ਦਾ ਖਰਾਬ ਹੋਣ ਡਿਆ ਵਾ, ਅਤੇ ਜਾਂ ਤੁਹਾਨੂੰ ਜਿਹੜੀ ਜ਼ਮੀਨ ਸਾਡੀ ਨਹਿਰ ਤੋਂ ਕਾਰਵਾਈ ਕੱਟ ਕੇ ਦਿੱਤੀ ਹੈ, ਜਾਂ ਸਾਨੂੰ ਸਾਡੀ ਜ਼ਮੀਨ ਪੂਰੀ ਕਰ ਦੇਣ, ਅਤੇ ਜਾਂ ਸਾਨੂੰ ਹਰ ਸਾਲ ਆਪਣੇ ਟਾਈਮ ਝੋਨਿਆਂ ਤੋਂ ਪਹਿਲਾਂ ਹੀ ਸਾਡਾ ਪਾਣੀ ਦੇਣ ਕਰਨਾ ਹੋਣਾ ਜੀ। ਜੇ ਆਪਾਂ ਝੋਨੇ ਨੂੰ ਪਾਣੀ ਲਾਉਂਦੇ ਹਾਂ ਸਾਡੇ ਕਮਾਦ ਸੁੱਕ ਜਾਂਦੇ ਆ, ਜੇ ਹੁਣ ਕਮਾਦਾਂ ਵੱਲ ਹੋਈਏ ਸਾਡੇ ਝੋਨੇ ਖਰਾਬ ਹੋ ਜਾਂਦੇ ਆ। ਹਰ ਫਸਲ ਤੁਹਾਨੂੰ ਹੋਰ ਲੱਖਾਂ ਰੁਪਈਆ ਲਾ ਕੇ ਅਸੀਂ ਆਪਣੀ ਜਿਹੜੀ ਜ਼ਮੀਨ ਆ ਆਪਣਾ ਕੰਮ ਕਰਨੇ ਆ, ਪਰ ਸਾਨੂੰ ਪਾਣੀ ਤੁਹਾਨੂੰ ਬਹੁਤ 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 ਜ਼ਿਆਦਾ ਦਿੱਕਤ ਆ। ਇਹਨਾਂ ਨੂੰ ਘੱਟ ਤੋਂ ਘੱਟ 10 ਸਾਲ ਹੋ ਗਏ, ਇੱਕੋ ਸਾਲ ਹੀ ਦੱਸਦੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ, ਇੱਕੋ ਜਿਉਂ ਤੱਕ ਅਸੀਂ ਛੋਟੇ ਹਾਂ ਆਪਾਂ, ਅਤੇ ਇੱਕ ਸਿਰਫ ਇੱਕ ਸਾਲ ਨਹਿਰ ਆਈ ਹੈ ਪੱਕੀ ਹੋਣ ਤੋਂ ਬਾਅਦ ਬਾਅਦ ਜਦੋਂ ਆਪਾਂ ਤਾਂ ਹੋਏ ਹਾਂ ਵੇਖਦੇ ਰਹੇ ਹਾਂ, ਅੱਜ ਤੋਂ ਬਾਅਦ ਨਹਿਰ 'ਚ ਕਦੀ ਪਾਣੀ ਨਹੀਂ ਵੇਖਿਆ, ਸਿਰਫ ਭੰਗ ਵੇਖੀ। ਤੱਕ ਆ ਸਕਦਾ ਪਰ ਕੋਈ ਇੰਨੀ ਓਵਰ ਨਹੀਂ ਕਰਨ ਡਿਆ, ਕੋਈ ਨਹੀਂ ਕਿੰਨਾ ਕੰਮ ਕਰਨ ਡਿਆ, ਸਾਰਾ ਨਹਿਰ ਮਹਿਕਮੇ ਦਾ ਕਸੂਰ ਆ। ਜੇ ਉਹ ਚਾਹੁਣ ਤਾਂ ਪਾਣੀ ਆ ਸਕਦਾ ਵਾ, ਪਰ ਇਹਨਾਂ ਨੇ ਹਜੇ ਤੱਕ ਸਾਡੇ ਨਾਲ ਕੋਈ ਇੱਥੇ ਬੰਦਾ ਕੋਈ ਪਹੁੰਚਿਆ ਨਹੀਂ, ਹਜੇ ਤੱਕ ਸਾਡੇ ਮੋਗਿਆਂ ਤੱਕ ਸਫਾਈ ਤੱਕ ਨਹੀਂ ਹੋਈ। ਭਾਅ ਜੀ ਮੇਰਾ ਨਾਮ ਸੁਖਰਾਜ ਵਾ, ਪਿੰਡ ਮੇਰਾ ਜੋੜਾ ਛਤਰਾ ਵਾ, ਜਿਹੜੀ ਸਾਡੀ ਹੱਦ ਬਸਤਵਾ ਇਹ ਸਾਡੀ ਪੈਂਦੀ ਅਮੀਪੁਰ ਦੇ ਵਿੱਚ। ਜਿਹੜੀ ਨਹਿਰ ਆ ਰਹੀ ਹੈ ਇਹ ਅਟਾਰੀ ਨਹਿਰ ਵੱਜਦੀ ਹੈ, ਜਿਹੜੀ ਸਾਡੀ ਜੋੜਾ ਛਤਰਾ ਤੋਂ ਆਪਣਾ ਮੋਹਲ ਲਾਲ ਤੋਂ ਲੈ ਕੇ ਜਿਹੜੀ ਨਹਿਰ ਲੰਘਦੀ ਪਈ ਆ। ਸਮੱਸਿਆ ਭਾਅ ਜੀ ਨਾ ਤਾਂ ਇਹਦੀ ਆਪਣਾ ਕਦੀ ਨਹਿਰ ਨੂੰ ਕਿਸੇ ਨੇ ਖਾ ਲਿਆ ਵਾ, ਜਿਹੜੇ ਆਪਣਾ ਸਰਕਾਰ ਨੇ ਮੇੜ ਲਾਏ ਨੇ 50-50 ਹਜ਼ਾਰ ਰੁਪਇਆ ਤਨਖਾਹਾਂ ਦੇਣ ਡੇ ਆ, ਉਹ ਆਣ ਕੇ ਇੱਥੇ ਟਾਹਲੀ ਲੱਗੀ ਆ, ਉਹ ਵੇਖੋ ਮਾਰਿਓ ਮਰਜਾ ਉਹਦੀ ਛਾਵੇਂ ਬੈਠ ਕੇ ਨਾ ਤੇ ਚੱਲ ਜਾਂਦੇ ਨੇ। ਪਾਣੀ ਸਾਰਾ ਸਾਨੂੰ ਮਿਲਿਆ ਨਹੀਂ ਆ, ਜਦੋਂ ਦੇ ਸਾਡੀ ਅਸੀਂ ਹੋਸ਼ ਮੈਂ ਕਹਿੰਦਾ ਪਾਣੀ ਵੇਖਿਆ ਨਹੀਂ, ਜਦੋਂ ਸਾਡੀ ਨਹਿਰ ਕੱਚੀ ਸੀ ਨਾ ਪਾਣੀ ਆਉਂਦਾ ਸੀ, ਪੱਕੀ 1 ਸਾਲ ਪਾਣੀ ਆਇਆ ਵੈਸੇ, ਤੇ ਉਹ ਤੋਂ ਬਾਅਦ ਪਾਣੀ ਆ ਸਾਡੀ ਨਾ ਅਸੀਂ ਆਪਣੀ ਪਿਆਲੀ ਚੋਂ ਸਰਕਾਰ ਨੂੰ ਜ਼ਮੀਨ ਰਿਕੁਆਇਰ ਕੀਤੀ ਜੀ, ਸਰਕਾਰ ਨੇ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਦਿੱਤੇ ਆ ਕਿ ਆਪਣਾ ਜੋ ਨਹਿਰ ਨਿਕਲੀ ਆ। ਉਹ ਤੋਂ ਬਾਅਦ 1 ਸਾਲ ਪਾਣੀ ਆਇਆ ਵਾ ਜਦੋਂ ਪੱਕੀ ਨਹਿਰ ਹੋਈ ਸੀ, ਉਹ ਤੋਂ ਬਾਅਦ ਘਾਹ ਬੂਟ ਸਾਰਾ ਕੰਮ ਇੱਥੇ ਹੋਇਆ ਵਾ, ਉਹ ਤੋਂ ਬਾਅਦ ਇਹਦੀ ਖਲਾਈ ਜਾਂ ਕਰਦੇ ਆ ਨਰੇਗਾ ਥਰੂ, 1-2 ਵਾਰ ਕੀਤੀ ਵੀ ਹੈਗੀ ਉਹਨਾਂ ਨੇ, ਉਹ ਤੋਂ ਬਾਅਦ ਪਾਣੀ ਵੇਖਿਆ ਨਹੀਂ ਆ।
ਕਿੰਨਾ ਨੁਕਸਾਨ ਹੋ ਰਿਹਾ ਹੈ? ਨੁਕਸਾਨ ਵੇਖੋ ਜੀ, ਆਹ ਵੇਖੋ ਆਹ ਕਮਾਦ ਤੁਹਾਨੂੰ ਮੈਂ ਦੱਸਣ ਲੱਗਾ ਵਾਂ, ਇਹ ਵੀ ਸੁੱਕਣ ਡਿਆ ਵਾ, ਆਹ ਝੋਨੇ ਸੁੱਕਣ ਡਿਆ ਜਿਹੜੇ ਪਾਣੀ ਦੇ ਸਿਰ ਤੇ। ਇੱਕ ਨਾਲ ਜ਼ਿਮੀਂਦਾਰ ਸਾਡੇ ਭਰਾ ਵੀ ਆਏ ਨੇ, 50 ਤੋਂ 60 ਕਿੱਲੇ ਜਿਹੜੀ ਪਿਆਲੀ ਆ ਨਹਿਰੀ ਵਿਭਾਗ ਦੇ ਸਿਰ ਤੇ ਬੈਠੀ ਆ, ਜਿਨ੍ਹਾਂ ਕੋਲ ਬੋਰਡ ਦੇ ਕਨੈਕਸ਼ਨ ਨਹੀਂ ਆ। ਜਾਂ ਤਾਂ ਸਰਕਾਰ ਸਾਨੂੰ ਦੇ ਕਨੈਕਸ਼ਨ, ਉਹ ਬੋਰਡ ਕਰਾ ਕੇ ਕਨੈਕਸ਼ਨ ਲੈ ਕੇ ਤਾਂ ਆਪਣਾ ਝੋਨਾ ਪਾ ਲੈਣ। ਇਹ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈ ਕਿ ਆਪਣਾ ਇਹ ਹੁਣ ਕੀ ਡਿਆ ਇੱਥੇ। ਲੱਗਦਾ ਵਿਭਾਗ ਦੀ ਕਿਤੇ ਨਾ ਅਣਗਹਿਲੀ ਕਰਕੇ ਸਭ ਕੁਝ ਹੋਇਆ। ਅਣਗਹਿਲੀ ਹੋਈ ਆ ਆਪਣਾ ਨਹਿਰੀ ਵਿਭਾਗ ਦੀ, ਜਿਹੜੇ ਉਹਨਾਂ ਦੇ ਆਪਣੇ SDO ਆ ਉਹਨਾਂ ਨੂੰ ਫੋਨ ਵੀ ਕੀਤਾ ਵਾ, ਗੱਲ ਵੀ ਹੋਈ ਆ, ਅਸੀਂ ਅੱਜ ਭੇਜਦੇ ਹਾਂ ਕੱਲ੍ਹ ਭੇਜਦੇ ਹਾਂ, ਜਈ ਨਾਲ ਗੱਲ ਹੋਈ ਆ, ਅਸੀਂ ਅੱਜ ਆਉਂਦੇ ਹਾਂ। ਜਿਹੜੇ ਥੱਲੇ ਨਾਲ ਰੱਖੇ ਆਪਣਾ ਮੇਡ, ਉਹਨਾਂ ਦੀ ਡਿਊਟੀ ਕੀ ਆ? ਨਹਿਰ ਸਫਾਈ ਦੀ। ਉਹ ਆਪਣਾ ਇੱਥੇ ਆਣ ਕੇ ਟਾਹਲੀ ਦੀ ਛਾਵੇਂ ਥੱਲੇ ਬਹਿ ਕੇ ਚੱਲ ਜਾਂਦੇ ਆ, ਸਫਾਈ ਦਾ ਕੋਈ ਪਤਾ ਹੀ ਹੈ ਨਹੀਂ ਆ। ਸੁੱਕੀਆਂ ਤਨਖਾਹਾਂ ਲਾ ਰਹੇ ਨੇ। ਮੰਗ ਇਹ ਕਹਿੰਦੇ ਕਿ ਆਪਣਾ ਜਿਹੜੇ ਆਪਣਾ ਜਿਹੜੇ ਆਪਣਾ ਮੇਡ ਨੇ, ਜਾਂ ਸਾਡੀ ਇੱਥੇ ਸਾਡਾ ਪਾਣੀ ਮਿਲ ਜਾਏ। ਮੇਨ ਗੱਲ ਜੀ ਪਾਣੀ ਆ ਜੇ। ਸਾਡੀ ਮੰਗ ਇਹੀ ਆ ਜੀ, ਆਪਣਾ ਸਾਡਾ ਪਾਣੀ ਆਉਣਾ ਚਾਹੀਦਾ ਵਾ। ਜੇ ਅਸੀਂ ਸਰਕਾਰ ਨੂੰ ਆਪਣੀ ਜ਼ਮੀਨ ਦੇ ਵਿੱਚੋਂ ਆਪਣੀ ਨਹਿਰ ਕਢਵਾਈ ਆ, ਇਹ SYL ਤਾਂ ਹੈ ਨਹੀਂ ਆ ਜਿਹੜਾ ਹਰਿਆਣੇ ਪਾਣੀ ਜਾਣਾ ਵਾ, ਆ ਜਾ ਕੇ ਪੰਜਾਬ ਦੇ ਵਿੱਚ ਪਾਣੀ ਆ। ਸਾਡੀ ਇਹੋ ਹੀ ਮੰਗ ਆ ਸਰਕਾਰ ਨੂੰ ਕਿ ਸਾਡਾ ਆਪਣਾ ਪਾਣੀ ਸਾਨੂੰ ਦਿਓ, ਜਿਹੜਾ ਹੈਗਾ ਰਾਜਸਥਾਨ ਜਿਹੜੀਆਂ ਪੱਕੇ ਨਹਿਰਾਂ ਕਰਾ ਰਹੇ ਉਹ ਰਹਿਣ ਦਿਓ, ਪਹਿਲਾਂ ਇਹ ਆਪਣਾ ਪੰਜਾਬ ਦਾ ਵੇਖ ਲਓ। ਦਾਸ ਟੈਲੋ ਨਿਊਜ਼ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। We are a multicultural network community. We groom competent global citizens to effect positive change around them.